ਸਤਿ ਸ਼੍ਰੀ ਅਕਾਲ ਦੋਸਤੋ, ਨਮਸਕਾਰ ਦੋਸਤੋ। ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਫੈਕਟਰੀ ਦੇ ਵਿੱਚ ਜਿੱਥੇ ਚੁਗਾਠਾਂ ਮਿਲ ਰਹੀਆਂ ਨੇ ਪੱਥਰ ਦੀਆਂ। ਪੱਥਰ ਦੀਆਂ ਚੁਗਾਠਾਂ ਤਾਂ ਹਰੇਕ ਜਗ੍ਹਾ ਤੇ ਮਿਲਦੀਆਂ ਨੇ, ਲੇਕਿਨ ਇੱਥੇ ਕੀ ਖਾਸ ਹੈ ਉਹ ਦਿਖਾਉਣ ਜਾ ਰਹੇ ਹਾਂ ਆਪਾਂ। ਇੱਥੇ ਮਿਲਣ ਜਾ ਰਹੀਆਂ ਵੁਡਨ ਸਟਾਈਲ ਦੀਆਂ ਜਿਹੜੀਆਂ ਸਟੋਨ ਹੈ ਉਹਦੀ ਚੁਗਾਠਾਂ, ਸ਼ਹਿਰ ਦੇ ਵਿੱਚ ਬੋਹਰ ਦੇ ਵਿੱਚ ਕਿਤੇ ਨਹੀਂ ਮਿਲਣੀਆਂ। ਇਸ ਤੋਂ ਇਲਾਵਾ ਜਿਹੜੀਆਂ ਗ੍ਰੇਨਾਈਟ ਦੀਆਂ ਚੁਗਾਠਾਂ ਵੀ ਤੁਸੀਂ ਇਸੇ ਫੈਕਟਰੀ ਦੇ ਵਿੱਚ ਵੇਖੋਗੇ। ਇਹ ਫੈਕਟਰੀ ਕਿੱਥੇ ਹੈ ਇਹ ਦੱਸਣ ਵਾਸਤੇ ਆਪਾਂ ਚੱਲਦੇ ਹਾਂ ਥੋੜ੍ਹਾ ਜਿਹਾ ਅੱਗੇ, ਅਤੇ ਜਾਣਕਾਰੀ ਦਿਆਂਗੇ ਤੁਹਾਨੂੰ ਵੀ ਇਸ ਫੈਕਟਰੀ ਦੇ ਵਿੱਚ ਹੋਰ ਕੀ ਚੀਜ਼ਾਂ ਜਿਹੜੀਆਂ ਤੁਹਾਨੂੰ ਅਵੇਲੇਬਲ ਮਿਲ ਸਕਦੀਆਂ ਨੇ, ਜਿਹੜੀਆਂ ਹੋਰ ਕਿਤੇ ਨਹੀਂ ਮਿਲ ਸਕਦੀਆਂ। ਆ ਜਾਓ ਆਪਾਂ ਚੱਲੀਏ ਫੈਕਟਰੀ ਦੇ ਵਿੱਚ। ਦੋਸਤੋ, ਆਪਾਂ ਪਹੁੰਚ ਗਏ ਹਾਂ ਸ਼੍ਰੀ ਸ਼ਾਮ ਸਟੋਨ ਦੇ, ਜਿਹੜਾ ਕਿ ਨਵੀਂ ਫਾਜ਼ਿਲਕਾ ਰੋਡ ਛਾਵਣੀ ਦੇ ਪਹਿਲੇ ਗੇਟ ਤੇ ਹੈਗਾ। ਇਹਨਾਂ ਦੇ ਓਨਰ ਨੇ ਪ੍ਰਵੀਨ ਕੁਮਾਰ ਤੇ ਵਿਨੋਦ ਕੁਮਾਰ ਜੀ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਜਿਹੜੀ ਗੱਲ ਆਪਾਂ ਕਹਿ ਕੇ ਆਏ ਸੀ ਕਿ ਇੱਥੇ ਅਲੱਗ ਕੁਆਲਿਟੀ ਦੇ ਜਿਹੜੇ ਸਟੋਨ ਜਿਹੜੀਆਂ ਚੁਗਾਠਾਂ ਤੁਹਾਨੂੰ ਮਿਲਦੀਆਂ ਨੇ ਉਹਨਾਂ ਬਾਰੇ ਆਪਾਂ ਜਾਣਕਾਰੀ ਦਿਆਂਗੇ ਵਿਸਥਾਰ ਨਾਲ। ਸਰ, ਸਵਾਗਤ ਹੈ ਜੀ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ, ਤਰਵਿੰਦਰ ਜੀ, ਠੀਕ ਹੋ ਜੀ? ਬਹੁਤ ਵਧੀਆ ਜੀ। ਹੋਰ ਵਿਨੋਦ ਜੀ, ਕੀ ਹਾਲ ਹੈ ਜੀ? ਹੋਰ ਵਧੀਆ ਜੀ, ਵਲਟਰ ਜੀ। ਅਸੀਂ ਸਾਡੇ ਦਰਸ਼ਕਾਂ ਨੂੰ ਕਹਿ ਕੇ ਆਏ ਆ ਅਲੱਗ ਟਾਈਪ ਦੀਆਂ ਇੱਥੇ ਵੁਡਨ ਟਾਈਪ ਦਾ ਵੀ ਸਟੋਨ ਹੈਗਾ। ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਧੰਨਵਾਦ ਜਿਹੜੇ ਵੀਡੀਓ ਦੇਖ ਰਹੇ ਆ। ਥੈਂਕ ਯੂ ਉਹਨਾਂ ਨੂੰ। ਤੇ ਸਾਡੇ ਕੋਲ ਨਾ ਚਾਰ ਕੁਆਲਿਟੀਆਂ ਹੈਗੀਆਂ ਜੀ ਪੱਥਰ ਦੀਆਂ, ਠੀਕ ਹੈ ਜੀ? ਉਹ ਅਸੀਂ ਤੁਹਾਨੂੰ ਦਿਖਾਵਾਂਗੇ, ਠੀਕ ਹੈ ਜੀ? ਚਾਰ ਤਰ੍ਹਾਂ ਦੇ ਪੱਥਰ ਹੈ, ਗ੍ਰੇਨਾਈਟ ਵੀ ਹੈਗਾ ਆਪਣੇ ਕੋਲ, ਵੁਡਨ ਵੀ ਹੈਗਾ, ਪੱਥਰ ਨੋਰਮਲ ਵੀ ਹੈਗਾ, ਦਿਖਾਵਾਂਗੇ। ਚਲੋ ਮੈਂ ਤੁਹਾਨੂੰ ਦਿਖਾ ਦਿੰਦਾ। ਉਸ ਤੋਂ ਵੀਡੀਓ ਨੂੰ ਸ਼ੁਰੂ ਕਰੀਏ, ਤੁਹਾਨੂੰ ਦਿਖਾਈਏ ਜਿਹੜੀਆਂ ਕੁਆਲਿਟੀਆਂ। ਉਸ ਤੋਂ ਪਹਿਲਾਂ ਰਿਕੁਐਸਟ ਹੈ ਕਿ ਅਬੋਹਰ ਦੇ ਬਿਜ਼ਨਸ ਵਾਸਤੇ, ਮੈਂ ਅਕਸਰ ਇਸ ਤਰ੍ਹਾਂ ਹੀ ਪ੍ਰਯਾਸ ਕਰਦਾ ਰਹਿੰਦਾ ਤੇ ਅਬੋਹਰ ਦੇ ਬਿਜ਼ਨਸ ਵਾਸਤੇ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਸ਼ੇਅਰ ਤੇ ਆ ਜਾਓ। ਆਪਾਂ ਚੱਲਦੇ ਹਾਂ ਫੈਕਟਰੀ ਦੇ ਅੰਦਰ, ਦਿਖਾਉਂਦੇ ਹਾਂ ਕਿ ਕਿਹੜੀਆਂ ਕਿਹੜੀਆਂ ਕੁਆਲਿਟੀਆਂ ਜਿਹੜੀਆਂ ਇੱਥੇ ਸਟੋਨ ਦੇ ਵਿੱਚ ਤੁਸੀਂ ਲੈ ਸਕਦੇ ਹੋ। ਆਪਾਂ ਪਹੁੰਚ ਗਏ ਫੈਕਟਰੀ ਦੇ ਅੰਦਰ ਜੀ, ਸਾਡੇ ਦਰਸ਼ਕਾਂ ਨੂੰ ਵਿਖਾਓ ਵੀ ਆਪਾਂ ਪਹਿਲਾਂ ਕਿਹੜੀ ਚੀਜ਼ ਦਿਖਾਉਣ ਜਾ ਰਹੇ ਹਾਂ। ਸਰ ਜੀ, ਆਪਣੇ ਕੋਲ ਸਭ ਤੋਂ ਪਹਿਲੀ ਕੁਆਲਿਟੀ ਤਾਂ ਇਹ ਹੈਗੀ ਹੈ ਜੀ, ਠੀਕ ਹੈ ਜੀ, ਜਿਹਨੂੰ ਨੋਰਮਲ ਕੁਆਲਿਟੀ ਬੋਲਦੇ ਆ ਜੀ, ਠੀਕ ਹੈ ਜੀ? 5 ਦਿਨ ਦਾ, 6 ਦਿਨ ਦਾ, 5.5 ਦਿਨ ਦਾ, ਠੀਕ ਹੈ, ਤੇ 10 ਦਿਨ ਦਾ, ਠੀਕ ਹੈ ਜੀ? ਸਾਰਾ ਮਾਲ ਆਪਣੇ ਕੋਲ ਅਵੇਲੇਬਲ ਹੈਗਾ, ਠੀਕ ਹੈ ਜੀ? ਆ ਸਿੰਗਲ ਪਤਾਮ ਹੁੰਦਾ ਜੀ, 5 ਦਿਨ ਦਾ ਨੋਰਮਲ ਸਿੰਗਲ ਪੱਥਰ ਹੁੰਦਾ ਜੀ, ਠੀਕ ਹੈ? ਮਤਲਬ ਇਹ ਐਵੇਂ ਹੋ ਗਿਆ, ਹਾਂ, ਠੀਕ ਹੈ ਜੀ, ਇਹ ਨੋਰਮਲ ਪੱਥਰ ਹੈਗਾ ਜੀ, ਠੀਕ ਹੈ, ਬਿਲਕੁਲ ਨੋਰਮਲ, ਜਿਹੜਾ ਸਟਾਰਟਿੰਗ ਰੇਂਜ ਦਾ ਹੈ, ਠੀਕ ਹੈ ਜੀ, ਜਿਹਦੀ ਰੇਂਜ ਹੈਗੀ ਹੈ 60 ਰੁਪਏ ਤੋਂ ਸਟਾਰਟਿੰਗ ਹੈਗੀ ਹੈ, ਚਲੋ, ਠੀਕ ਹੈ, ਇਸ ਤੋਂ ਘੱਟ ਵੀ ਪਿਆ ਪਰ ਉਹ ਆਪਾਂ ਕਿਸੇ ਨੂੰ ਦਿੰਦੇ, ਆਪਾਂ ਕੁਆਲਿਟੀ ਦਾ ਕੰਮ ਹੈਗਾ ਜੀ, ਮੇਨ ਕੁਆਲਿਟੀ ਵਾਲੇ, ਹਾਂ ਜੀ, ਠੀਕ ਹੈ ਜੀ, ਸਿਰਫ ਕੁਆਲਿਟੀ ਦਾ ਕੰਮ, ਠੀਕ ਹੈ ਜੀ, ਇਸ ਤੋਂ ਇਲਾਵਾ ਆਪਣੇ ਕੋਲ ਹੋਰ ਵੀ ਪੱਥਰ ਹੈਗੇ ਆ, ਠੀਕ ਹੈ ਜੀ, ਵੁਡਨ ਚ ਆ ਗਿਆ, ਠੀਕ ਹੈ ਜੀ, ਜਿਹੜਾ ਕਾਲੀ ਟਾਲੀ ਵਰਗਾ ਰਿਸ਼ ਹੁੰਦਾ ਹੈ ਜਿਹਦਾ, ਠੀਕ ਹੈ, ਤੇ ਗ੍ਰੇਨਾਈਟ ਵਗੈਰਾ ਹੋ, ਠੀਕ ਹੈ ਜੀ। ਸਰ, ਇਹ ਕਿਸ ਚੀਜ਼, ਆਹ ਕੀ ਚੀਜ਼ ਹੈ? ਮਤਲਬ ਆਹ ਤਾਂ ਸਿੰਗਲ ਹੋ ਗਿਆ, ਇਹ ਚੀਜ਼? ਇਹ ਡਬਲ ਹੈਗਾ ਜੀ, ਠੀਕ ਹੈ ਜੀ, ਇਹ ਡਬਲ ਪਤਾਮ ਤੇ ਹੋ ਗਿਆ, ਠੀਕ ਹੈ, ਜਿੱਥੇ ਦਾਲੀ ਵਾਲਾ ਪੱਲਾ ਲੱਗਣਾ ਹੋਵੇ, ਅੱਛਾ, ਦੋ ਪੱਲੇ ਜਿੱਥੇ ਲੱਗ ਸਕਦੇ ਆ ਉਹ ਚੀਜ਼, ਇਹ ਉਹ ਚੀਜ਼ ਹੈ, ਠੀਕ ਹੈ ਜੀ, ਹਾਂਜੀ, ਤੇ ਆਪਾਂ ਆਪਣੇ ਦਰਸ਼ਕਾਂ ਨੂੰ ਵਿਖਾਈਏ ਵੁਡਨ ਵਾਲਾ, ਜਿੰਦਾ ਹੀ ਜ਼ਿਕਰ ਕਰਕੇ ਆਇਆ, ਬਿਲਕੁਲ ਆਜੋ, ਤੁਹਾਨੂੰ ਉਹ ਦਿਖਾਉਂਦੇ ਆ, ਠੀਕ ਹੈ। ਪ੍ਰਵੀਨ ਜੀ, ਆਹ ਕੁਆਲਿਟੀ ਦੀ ਗੱਲ ਕਰ ਰਹੇ ਸੀ ਤੁਸੀਂ, ਹਾਂਜੀ, ਆਪਣੇ ਕੋਲ ਆਹ ਕੁਆਲਿਟੀ ਹੈਗੀ ਜੀ, ਠੀਕ ਹੈ, ਵੁਡਨ ਰੇਸੇ ਤੇ, ਠੀਕ ਹੈ, ਵੁਡਨ ਬਿਲਕੁਲ ਬਿਲਕੁਲ ਐਸਾ ਦਿਖੇਗਾ ਜਿਵੇਂ ਟਕਾਲੀ ਟਾਲੀ ਹੈਗੀ ਜੀ, ਠੀਕ ਹੈ, ਬਿਲਕੁਲ ਕਾਲੀ ਟਾਲੀ ਦੇ ਤਰ੍ਹਾਂ ਲੱਗੇਗਾ, ਇੱਕ ਇੱਕ ਪੀਸ ਦੇਖ ਲਓ, ਸਾਰਿਆਂ ਦਾ ਰੇਸ਼ਾ ਦਿਖੇਗਾ ਤੁਹਾਨੂੰ, ਬਿਲਕੁਲ ਲੱਕੜੀ ਦਾ, ਅੱਛਾ, ਜਿਵੇਂ ਰੇਸ਼ਾ ਵੇਖ ਰਿਹਾ ਬਣਿਆ ਨਹੀਂ ਹੋਇਆ, ਮਤਲਬ ਨਹੀਂ, ਨੈਚੁਰਲੀ ਹੈਗਾ ਜੀ, ਨੈਚੁਰਲ ਹੈਗਾ, ਹਾਂਜੀ, ਫਿਰ ਤਾਂ ਇਹਦੇ ਤੇ ਪਾਲਿਸ਼ ਹੋ ਜਾਏਗੀ ਤੇ ਫਿਰ ਬਿਲਕੁਲ ਓਵੇਂ ਲੱਗੇਗਾ, ਬਿਲਕੁਲ ਇਹਦੇ ਤੇ ਟੱਚ ਵੁੱਡ ਮਾਰ ਕੇ ਪਾਲਿਸ਼ ਮਾਰ ਲਓ, ਭਾਵੇਂ ਜੋ ਮਰਜ਼ੀ ਕਰਾ ਲਓ, ਠੀਕ ਹੈ, ਇਹ ਬਿਲਕੁਲ ਇਸੇ ਤਰ੍ਹਾਂ ਦਿਖੇਗਾ ਜੀ, ਇਹਦੀ ਫੁੱਲ ਗਾਰੰਟੀ ਰਹਿੰਦੀ ਹੈ ਆਪਣੀ ਸਾਲੋ ਸਾਲ ਤੱਕ ਦੀ, ਠੀਕ ਹੈ, ਲਾਈਫ ਤੱਕ ਦੀ ਗਾਰੰਟੀ ਆਪਣੀ ਇਹਦੀ, ਠੀਕ ਹੈ, ਪੱਥਰ ਦੀ। ਸਰ, ਮੈਨੂੰ ਇਹ ਵੀ ਪਤਾ ਲੱਗਿਆ ਸਿਰਫ ਆਪਣੇ ਕੋਲ ਹੀ ਆਏ ਪੱਥਰ ਜੀ, ਹਾਂਜੀ, ਬਿਲਕੁਲ, ਇਹ ਆਪਣੀ ਫੈਕਟਰੀ ਮਿਲਦਾ, ਕਿੱਥੇ ਨਹੀਂ ਮਿਲਦਾ ਜੀ, ਬੋਰ ਸੇਰ ਤੇ ਕਿਤੇ ਨਹੀਂ ਮਿਲਦਾ, ਠੀਕ ਹੈ, ਐਸੀ ਦੀ ਮਿਲੂਗਾ, ਹਾਂਜੀ ਹਾਂਜੀ, ਠੀਕ ਹੈ ਜੀ। ਸਾਡੇ ਦਰਸ਼ਕਾਂ ਨੂੰ ਐਡਰੈਸ ਦੱਸੋ ਜੀ ਫਿਰ। ਆਪਣਾ ਐਡਰੈਸ ਜੀ ਫਾਜ਼ਿਲਕਾ ਰੋਡ ਤੇ ਹੈਗਾ, ਬਿਲਕੁਲ ਮਿਲਟਰੀ ਸਟੇਸ਼ਨ ਗੇਟ ਨੰਬਰ 1 ਦੇ ਸਾਹਮਣੇ, ਠੀਕ ਹੈ, ਸ੍ਰੀ ਸ਼ਾਮ, ਸ੍ਰੀ ਸ਼ਾਮ ਸਟੋਨ ਹੈਗਾ ਜੀ ਨਾਮ, ਠੀਕ ਹੈ ਜੀ। ਸਰ, ਮੋਬਾਈਲ ਨੰਬਰ ਵੀ ਸ਼ੇਅਰ ਕਰ ਦਿਓ ਜੀ। 9815689814, ਠੀਕ ਹੈ ਜੀ, ਇੱਕ ਹੈਗਾ 9780883481। ਇਹ ਵੀ ਪਤਾ ਲੱਗਿਆ ਸੀ ਵੀ ਆਪਣੇ ਗ੍ਰੇਨਾਈਟ ਦੀਆਂ ਚੁਗਾਠਾਂ ਵੀ ਸਿਰਫ ਆਪਣੇ ਕੋਲ ਹੀ ਬਣਦੀਆਂ। ਹਾਂਜੀ ਹਾਂਜੀ, ਗ੍ਰੇਨਾਈਟ ਆਪਣੇ ਕੋਲ ਬਣਦਾ ਜੀ, ਠੀਕ ਹੈ ਜੀ, ਆਪਾਂ ਦਿਖਾਈਏ ਦਰਸ਼ਕਾਂ ਨੂੰ ਜੀ। ਹਾਂਜੀ ਹਾਂਜੀ, ਬਿਲਕੁਲ, ਠੀਕ ਹੈ, ਠੀਕ ਹੈ। ਤੇ ਪ੍ਰਵੀਨ ਜੀ,
ਗ੍ਰੇਨਾਈਟ ਦੀਆਂ ਚੁਗਾਠਾਂ ਆਪਣੇ ਦਰਸ਼ਕਾਂ ਨੂੰ ਵਿਖਾਈਏ ਆਪਾਂ ਜੀ। ਹਾਂਜੀ ਹਾਂਜੀ, ਇਹ ਗ੍ਰੇਨਾਈਟ ਦੀਆਂ ਚੁਗਾਠਾਂ ਜੀ। ਠੀਕ ਹੈ। ਆ 10 ਇੰਚੀ ਦੇ ਗਏ ਜੀ। ਠੀਕ ਹੈ। ਆ 5 ਇੰਚੀ ਹੈਗਾ ਹੈ। ਆ 5 ਦਿਨ ਦਾ ਮਾਲ ਹੈਗਾ ਹੈ। ਆ 10 ਇੰਚੀ ਤਿਆਰ ਹੈਗਾ। ਠੀਕ ਹੈ ਜੀ। ਤੇ ਇਹ ਆਪਾਂ ਨੂੰ ਪਾਲਿਸ਼ ਕਰਕੇ ਅਲੱਗ ਰੇਟ ਮਿਲਦਾ ਜੀ। ਠੀਕ ਹੈ। ਤੇ ਬਗੈਰ ਪਾਲਿਸ਼ ਤੋਂ ਅਲੱਗ ਰੇਟ ਮਿਲਦਾ ਹੈ। ਠੀਕ ਹੈ। ਇਹ ਸਟਾਰਟਿੰਗ ਰੇਟ ਇਹਦਾ 150 ਰੁਪਏ ਜੀ। 150 ਰੁਪਏ ਫੁੱਟ ਦਾ ਹਿਸਾਬ? ਫੁੱਟ ਦੇ ਹਿਸਾਬ ਨਾਲ ਰਨਿੰਗ ਫੁੱਟ ਹੁੰਦਾ ਜੀ। ਠੀਕ ਹੈ, ਰਨਿੰਗ ਫੁੱਟ ਦੇ ਹਿਸਾਬ ਨਾਲ ਹੈ। ਠੀਕ ਹੈ। ਹਾਂਜੀ ਬਿਲਕੁਲ, ਅਬੋਰ ਸੇਰ ਚ ਪੱਕੀ ਗਰੰਟੀ ਹੈਗੀ ਹੈ ਕਿਸੇ ਕੋਲ, ਮਤਲਬ ਗ੍ਰੇਨਾਈਟ ਚੁਗਾਠ ਨਹੀਂ? ਹਾਂਜੀ, ਰੈਡੀਮੇਡ ਜ਼ਰੂਰ ਮਿਲ ਜੇਗੀ ਕਿਸੇ ਕੋਲ। ਠੀਕ ਹੈ। ਪਰ ਇੱਥੇ ਆਪ ਤਿਆਰ ਕਰਕੇ ਨਹੀਂ ਮਿਲਣੀ ਤੁਹਾਨੂੰ ਕਿਤੇ? ਠੀਕ ਹੈ ਜੀ। ਆਪਣੇ ਕੋਲ ਇੱਥੇ ਆਪ ਤਿਆਰ ਹੁੰਦੀ ਹੈ? ਹਾਂਜੀ, ਆਪ ਤਿਆਰ ਕਰਦੇ ਆ, ਆਪਣੇ ਕੋਲ ਮਸ਼ੀਨਾਂ ਲੱਗੀਆਂ ਹੋਈਆਂ। ਠੀਕ ਹੈ ਜੀ। ਇੱਧਰ ਤੇ ਇੱਥੋਂ ਤਿਆਰ ਕਰਦੇ ਆ, ਇੱਥੇ ਚਰਾਈ ਹੁੰਦੀ ਹੈ, ਆਪਣੇ ਵੱਡੇ ਪਾਰਟੀ ਲਿਆ ਕੇ ਫਿਰ ਤਿਆਰ ਕਰਦੇ ਆ। ਉਹ ਦਿਖਾ ਦਾਂਗੇ ਤੁਹਾਨੂੰ, ਪਾਰਟੀ ਵੀ ਦਿਖਾ ਦਾਂਗੇ। ਠੀਕ ਹੈ ਜੀ। ਆਪਣੇ ਕੋਲ ਪਏ ਬਾਹਰ। ਠੀਕ ਹੈ। ਉਹ ਤੁਹਾਨੂੰ ਦਿਖਾ ਦਾਂਗੇ। ਸਰ ਇਸ ਤੋਂ ਇਲਾਵਾ ਆਪਣੇ ਕੋਲ ਹੋਰ ਕਿਹੜੇ ਪ੍ਰੋਡਕਟ ਤਿਆਰ ਹੁੰਦੇ ਆ ਜੀ? ਆਪਣੇ ਕੋਲ ਜੀ ਸਲੇਪਾਂ ਮਿਲਦੀਆਂ ਜੀ, ਜੋਧਪੁਰੀ ਸਲੇਪਾਂ ਵੀ। ਠੀਕ ਹੈ। ਤੇ ਦੌਲਪੁਰੀ ਸਲੇਪਾਂ ਵੀ, ਛੱਤ ਪਾਣ ਵਾਸਤੇ ਅੱਜ ਕੱਲ ਯੂਜ਼ ਹੁੰਦੀ ਹੈ ਨੋਰਮਲ, ਅੱਜ ਕੱਲ ਕਮਰੇ ਬਣਾਉਣ ਵਾਸਤੇ ਵੀ ਯੂਜ਼ ਹੁੰਦੀ ਹੈ ਜਿਵੇਂ ਤੁਸੀਂ ਬਣਾਇਆ ਹੋਇਆ ਛੱਤ ਪਾਣ ਵਾਸਤੇ। ਠੀਕ ਹੈ ਜੀ। ਇਹ ਤਾਂ ਆਪਾਂ ਸਪੈਸ਼ਲ ਦਫ਼ਤਰ ਤਿਆਰ ਕੀਤਾ ਜੀ। ਠੀਕ ਹੈ। ਜੋਧਪੁਰੀ ਸਲੇਪਾਂ ਦਾ। ਠੀਕ ਹੈ। ਨਹੀਂ ਐਵੇਂ ਤੁਸੀਂ ਮਤਲਬ ਤਿਆਰ ਕਰਵਾ ਵੀ ਦੋਗੇ ਜੇ ਕੋਈ ਤਿਆਰ ਕਰਾਉਣਾ ਚਾਹੇ? ਹਾਂਜੀ ਹਾਂਜੀ, ਬਿਲਕੁਲ ਕਰਾ ਦਾਂਗੇ ਜੀ। ਇਹ ਕੋਸਟਲੀ ਪੈਂਦਾ ਥੋੜਾ ਜਿਹਾ। ਠੀਕ ਹੈ। ਪਰ ਤਿਆਰ ਹੋਣ ਤੋਂ ਬਾਅਦ ਮਤਲਬ ਬਹੁਤ ਵਧੀਆ ਦਿਖਦਾ ਹੈ। ਠੀਕ ਹੈ ਜੀ। ਇਹ ਆਪਣੇ ਕੋਲ ਦੌਲਪੁਰੀ ਸਲੇਪਾਂ ਪਈਆਂ ਹੈ ਜਿਹੜੀ ਦੌਲਪੁਰ ਤੋਂ ਆਉਂਦੀ ਹੈ। ਠੀਕ ਹੈ। ਤੇ ਕਰੋਲੀ ਦਾ ਪੱਥਰ ਵੀ ਆਪਣੇ ਕੋਲ ਮਿਲਦਾ ਹੈ। ਠੀਕ ਹੈ ਜੀ। ਤੇ ਆਹ ਜੋਧਪੁਰ ਦਾ ਪੱਥਰ ਪਿਆ ਇੱਧਰ। ਠੀਕ ਹੈ ਜੀ। ਠੀਕ ਹੈ। ਇੱਕ ਆਹ ਭਾਜੀ ਆਪਣੇ ਕੋਲ ਇਹ ਡਿਜ਼ਾਈਨਿੰਗ ਹੈਗੀ ਹੈ, ਪੱਤਾ ਇਹਨੂੰ ਪਾਨ ਪੱਤਾ ਬੋਲਦੇ ਹੋਏ ਸਾਂ। ਠੀਕ ਹੈ ਜੀ। ਇਹ ਛੱਤਾਂ ਤੇ ਲੱਗਦਾ ਹੈ ਮਤਲਬ? ਠੀਕ ਹੈ, ਗ੍ਰਿਲ ਟਾਈਪ ਚ? ਗ੍ਰਿਲ ਟਾਈਪ, ਹਾਂਜੀ। ਠੀਕ ਹੈ ਜੀ। ਇਹ ਜਾਲੀਆਂ ਹੈਗੀਆਂ, ਇੱਕ ਭਾਈ ਇੱਕ ਦੀਆਂ ਰੋਸ਼ਨਦਾਨ ਦੇ ਲਾਣਾ ਹੋਵੇ ਕਿਸੇ ਨੇ, ਇਹ ਵੀ ਬਣ ਤਿਆਰ ਹੁੰਦਾ ਹੈ। ਠੀਕ ਹੈ ਜੀ। ਤੇ ਆਪਣੇ ਕੋਲ ਮੇਜ਼ ਵਗੈਰਾ ਉਹ ਵੀ ਤਿਆਰ ਕੀਤੇ ਹੋਏ ਆ। ਚਲੋ ਤੁਹਾਨੂੰ। ਠੀਕ ਹੈ ਜੀ। ਆ ਜਾਓ। ਤੇ ਸਟੂਲ ਵਗੈਰਾ ਵੀ ਤਿਆਰ ਕਰਦੇ ਹੋ? ਹਾਂਜੀ, ਸਾਰਾ ਕੁਝ ਤਿਆਰ ਹੁੰਦਾ ਜੀ। ਠੀਕ ਹੈ ਜੀ। ਪੱਥਰ ਨਾਲ ਆ ਆਪਣਾ ਮੇਜ਼ ਤਿਆਰ ਕੀਤਾ ਹੋਇਆ ਜੀ। ਅੱਛਾ, ਕੀ ਬਾਤ ਹੈ, ਮਤਲਬ ਡਾਈਨਿੰਗ ਟੇਬਲ ਪੂਰਾ ਤਿਆਰ ਕਰ ਦਿੰਦੇ ਹੋ? ਹਾਂਜੀ। ਆ ਚੇਅਰ ਵੀ ਪੱਥਰ ਦੀ ਬਣੀ ਹੋਈ ਹੈ ਪੂਰੀ। ਠੀਕ ਹੈ। ਕੀ ਬਾਤ ਹੈ ਜੀ। ਤੇ ਇੱਧਰ ਆ ਵੱਡਾ ਬੈਂਚ ਜਿਵੇਂ ਆ ਸਰਕਾਰੀ ਟੈਂਡਰਾਂ ਚ ਜਾਂਦਾ ਹੈ। ਠੀਕ ਹੈ। ਹੋਰ ਕੋਈ ਮਤਲਬ ਗਾਰਡਨ ਚਲਾਉਣਾ ਹੋਵੇ, ਕਿਤੇ ਲਾਂਚ ਚਲਾਉਣਾ ਹੋਵੇ, ਉਸ ਵਾਸਤੇ ਹੈਗਾ ਜੀ। ਵਾਹ ਜੀ ਵਾਹ, ਕੀ ਬਾਤ ਹੈ। ਆ ਵੀ ਆਪਾਂ ਆਰਡਰ ਦਿੱਤਾ ਸੀ ਤਾਂ ਤੁਹਾਨੂੰ ਗਿਆ ਆਪਣਾ ਮਾਲ। ਠੀਕ ਹੈ। ਬਹੁਤ ਵੱਡਾ। ਠੀਕ ਹੈ, ਇਸ ਤਰ੍ਹਾਂ ਦਾ। ਠੀਕ ਹੈ ਸਰ। ਹਾਂਜੀ ਜਾਣਕਾਰੀ ਦਿੱਤੀ ਤੁਸੀਂ ਜੀ ਸਾਡੇ ਦਰਸ਼ਕਾਂ ਨੂੰ, ਤੁਸੀਂ ਇੱਕ ਵਾਰੀ ਐਡਰੈਸ ਕਨਫਰਮ ਕਰਵਾ ਦਿਓ ਜੀ। ਹਾਂਜੀ, ਐਡਰੈਸ ਆਪਣਾ ਮਿਲਟਰੀ ਸਟੇਸ਼ਨ ਗੇਟ ਨੰਬਰ 1 ਫਾਇਲਕਾ ਰੋਡ ਚੁੰਗੀ ਦੇ ਲੱਗੇਗਾ ਜੀ। ਠੀਕ ਹੈ ਜੀ। ਹਾਂਜੀ, ਤਾਂ ਕਿਹੜੇ ਨੰਬਰ ਤੇ, ਜਿਹੜਾ ਨੂੰ ਮੰਨ ਲਓ ਐਡਰੈਸ ਨਾ ਪਤਾ ਲੱਗੇ ਤਾਂ ਉਹ ਕਿਹੜੇ ਨੰਬਰ ਤੇ ਆ ਕੇ? 9850 9914। ਠੀਕ ਹੈ। ਤੇ ਇੱਕ ਨੰਬਰ ਹੈਗਾ ਜੀ 9780 ਤੇ 83481। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਕਰ ਸਕਦੇ ਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਦੇਖ ਰਹੇ ਆ ਉਹ ਸ਼ੇਅਰ ਕਰ ਦੇਣ ਜੀ। ਠੀਕ ਹੈ, ਦੱਬ ਕੇ। ਦੋਸਤੋ ਉਮੀਦ ਹੈ ਜਾਣਕਾਰੀ ਬਹੁਤ ਵਧੀਆ ਲੱਗੀ ਹੋਏਗੀ। ਵੀਡੀਓ ਨੂੰ ਰੱਜ ਕੇ ਸ਼ੇਅਰ ਕਰਦਾ ਜੀ, ਕਿਉਂਕਿ ਅਬੋਹਰ ਦੇ ਬਿਜ਼ਨਸ ਵਾਸਤੇ ਮੈਂ ਅਕਸਰ ਪ੍ਰਯਾਸ ਕਰਦਾ ਰਹਿੰਦਾ ਤੇ ਤੁਸੀਂ ਜਦੋਂ ਸ਼ੇਅਰ ਕਰਦੇ ਹੋ ਨਾ ਤਾਂ ਆਪਣੇ ਅਬੋਹਰ ਦਾ ਬਿਜ਼ਨਸ ਵੱਧਦਾ, ਆਪਣੇ ਅਬੋਹਰ ਦੀ ਤਰੱਕੀ ਹੁੰਦੀ ਹੈ। ਉਮੀਦ ਹੈ ਇਸ ਵੀਡੀਓ ਨੂੰ ਵੀ ਰੱਜ ਕੇ ਸ਼ੇਅਰ ਕਰੋਗੇ ਤਾਂ ਐਡਰੈਸ ਇੱਕ ਵਾਰੀ ਫਿਰ ਤੋਂ ਨੋਟ ਕਰ ਲਓ, ਸ਼੍ਰੀ ਸ਼ਾਮ ਸਟੋਨਸ ਨਵੀਂ ਫਾਜ਼ਿਲਕਾ ਰੋਡ ਛਾਵਣੀ ਦੇ ਪਹਿਲੇ ਗੇਟ ਦੇ ਸਾਹਮਣੇ ਅਬੋਹਰ ਤੇ ਜਿਹੜੇ ਫੋਨ ਨੰਬਰ ਆਪਾਂ ਦੋਸਤੋ ਸਕਰੀਨ ਉੱਪਰ ਦੇ ਦਾਂਗੇ। ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।